ਬਟਾਲਾ ਦੇ ਹਾਥੀ ਗੇਟ ਦੇ ਬਾਹਰ ਛੱਜੂ ਰਾਮ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਦੋ ਮੋਟਰਸਾਈਕਲ ਸਵਾਰਾਂ ਨੇ ਚਲਾਈ ਅੰਧਾਧੁੰਦ ਗੋਲੀਆਂ। ਕਿਸੇ ਤੋਂ ਜਾਨੀ ਨੁਕਸਾਨ ਤੇ ਨਹੀਂ ਹੋਇਆ, ਪਰ ਦੁਕਾਨ ਦੇ ਸ਼ੀਸ਼ੇ ਗੋਲੀਆਂ ਲੱਗਣ ਕਰਕੇ ਦੁਕਾਨ ਦੇ ਟੁੱਟੇ ਸ਼ੀਸ਼ੇ। 4 ਤੋਂ 5 ਰਾਊਂਡ ਚੱਲੀ ਗੋਲੀਆਂ, ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਜਾਂਚ। ਛੱਜੂਰਾਮ ਜੀ, ਪ੍ਰੋਪਰਟੀ ਦਾ ਕੰਮ ਹੈ ਜੀ ਸਾਡਾ। ਬਾਕੀ 5:10 'ਤੇ ਕੰਮ ਹੋਇਆ ਜੀ, ਮੈਂ ਖਾਣਾ ਖਾਣ ਗਿਆ ਸੀਗਾ ਅਤੇ ਮੇਰਾ ਇੱਕ ਮੁੰਡਾ ਅਤੇ ਆਪਣਾ ਬੱਚਾ ਹੀ ਹੈ ਨੌਕਰ ਸਾਗਰ, ਉਹ ਸੀਗਾ, ਇੱਕ ਮੇਰਾ ਮੁਲਾਜ਼ਮ ਹੋਰ ਸੀਗਾ। ਬਸ ਆਇਆ ਅਤੇ 4 ਗੋਲੀਆਂ ਚਲਾ ਕੇ ਚਲੇ ਗਏ। ਆਪਾਂ ਨਹੀਂ ਵੇਖੇ, ਸਪਲੈਂਡਰ ਮੋਟਰਸਾਈਕਲ ਸਪਲੈਂਡਰ ਸੀਗਾ, ਸੀਸੀ ਕੈਮਰਾ ਲਈ ਇਹਨਾਂ ਨੇ ਚੈੱਕ ਕੀਤਾ ਜੀ, ਸਪਲੈਂਡਰ ਮੋਟਰਸਾਈਕਲ ਆਇਆ ਜੀ ਅਤੇ 2 ਲੜਕੇ ਆਏ ਬਸ। ਕੋਈ ਰੰਜਿਸ਼ ਨਹੀਂ ਅੱਜ ਤੋਂ, ਕੋਈ 10-15 ਦਿਨ ਪਹਿਲਾਂ ਮੇਰੇ ਕਾਕੇ ਨੂੰ ਫੋਨ ਆਇਆ ਸੀਗਾ ਵੀ ਇਸ ਨਾਲ ਰੁਪਈਆ 5 ਤੋਂ 10 ਲੱਖ ਰੁਪਇਆ ਸਾਨੂੰ ਚਾਹੀਦਾ ਜੀ। ਫਿਰ ਅਸੀਂ SSC ਸਾਹਿਬ ਕੋਲ ਜਾ ਕੇ ਰਿਪੋਰਟ ਦਰਜ ਕਰਵਾਈ ਹੈ। ਹਾਂਜੀ, ਰਿਪੋਰਟ ਦਰਜ ਕਰਾਉਣ ਦੇ ਬਾਅਦ SSC ਸਾਹਿਬ ਕਹਿੰਦੇ ਕੋਈ ਨਹੀਂ, ਜੋ ਕਾਰਵਾਈ ਇਹਨਾਂ ਦੇ ਬਣਦੀ ਉਹ ਕਰਾਂਗੇ। ਪਰ ਨਹੀਂ ਕੀਤੀ, ਨਹੀਂ ਕੀਤੀ। ਮੇਰਾ ਕਾਕਾ ਗਿਆ ਸੀਗਾ ਮਨੀਸ਼, ਉਹ ਕਹਿੰਦੇ ਕੋਈ ਨਹੀਂ ਅਸੀਂ ਟ੍ਰੇਸ ਕਰਨ ਡੇ ਆ, ਬੰਦੇ ਟ੍ਰੇਸ ਹੋ ਗਏ ਆ, ਪਰ ਹਾਲੇ ਤੱਕ ਫਿਲਹਾਲ ਕੋਈ ਕਾਰਵਾਈ ਨਹੀਂ ਹੋਈ। ਜ਼ਿੰਮੇਵਾਰੀ ਕਿਸੇ ਦੀ ਵੀ ਨਹੀਂ ਜੀ, ਇਹ ਰੱਬ ਦੇ ਭਰੋਸੇ ਚੱਲਣ ਡਿਆ ਸਾਰਾ ਪੰਜਾਬ, ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ। ਕੋਈ ਜਗ੍ਹਾ ਮਰ ਗਿਆ ਕੱਲ੍ਹ ਫਿਰ ਤੋਂ।